ਸਸਿਕਾਲ ਜੀ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਇਸ ਖਾਸ ਮੁਲਾਕਾਤ ਚ ਨਵਜੋਤ ਸਿੰਘ ਢਾਲੀਵਾਲ ਵੱਲੋਂ ਸਵਾਗਤ ਹੈ ਅਸੀਂ ਇੱਕ سلسلہ ਸ਼ੁਰੂ ਕੀਤਾ ਕਿਉਂਕਿ 2017 ਚ ਪੰਜਾਬ ਸਰਕਾਰ ਵਾਅਦਿਆਂ ਦੀ ਇੱਕ ਲੰਮੀ ਫੈਰਸਤ ਲੈ ਕੇ ਲੋਕ ਕਚਹਿਰੀ ਚ ਨਿਤਰੀ ਸੀ ਲੋਕਾਂ ਨੇ ਮੌਕਾ ਦਿੱਤਾ ਤੇ ਹੁਣ ਆਪਣਾ 3 ਸਾਲ ਦਾ ਕਾਰਜਕਾਲ ਪੂਰਾ ਕਰਨ ਜਾ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਹਰਾਂ ਦੀ ਸਰਕਾਰ ਤੇ ਇਸ ਤਿੰਨ ਸਾਲ ਨੂੰ ਲੋਕ ਕਿਵੇਂ ਦੇਖਦੇ ਆ ਪਹਿਲਾਂ ਜੀ ਪੰਜਾਬ ਰਹਿਣਾ ਹਿਮਾਚਲ ਲੋਕਾਂ ਨਾਲ ਗੱਲ ਕਰ ਰਿਹਾ ਹੈ ਤੇ ਉਸ ਤੋਂ ਬਾਅਦ ਵਜ਼ੀਰਾਂ ਤੇ ਵਿਧਾਇਕਾਂ ਨਾਲ ਗੱਲਬਾਤ ਕਰ ਰਿਹਾ ਹੈ ਕਿ ਲੋਕ ਤੁਹਾਡੇ ਤਿੰਨ ਸਾਲ ਨੂੰ ਇਸ ਤਰੀਕੇ ਨਾਲ ਦੇਖ ਰਹੇ ਆ ਤੇ ਤੁਸੀਂ ਆਪਣੇ ਤਿੰਨ ਸਾਲ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਜ਼ਾਹਿਰ ਤੌਰ ਤੇ ਹੈ ਸਰਕਾਰ ਨੇ ਆਪਣੀ ਪਿੱਠ ਥਾਪੜਨੀ ਹੈ ਤੇ ਵਿਰੋਧੀ ਧਿਰਾਂ ਨੇ ਉਹ ਨਾਲੋਂ ਨਾਲ ਵਿਰੋਧ ਕਰ ਰਹੀਆਂ ਨੇ ਸਰਕਾਰ ਇਸ ਦੇ ਉੱਤੇ ਇਹ ਵੀ ਗੱਲ ਕਹਿੰਦੀ ਹੈ ਕਿ ਵਿਰੋਧੀ ਧਿਰਾਂ ਦਾ ਕੰਮ ਵਿਰੋਧ ਕਰਨਾ ਹੀ ਹੁੰਦਾ ਪਰ ਕਦੇ ਸਰਕਾਰ ਵੀ ਵਿਰੋਧੀ ਧਰਤੀ ਭੂਮਿਕਾ ਚ ਰਹੀ ਹੈ ਗੱਲਬਾਤ ਨੂੰ ਜ਼ਿਆਦਾ ਨਾ ਵਧਾਉਂਦਾ ਹੋਇਆ ਤੁਹਾਡਾ ਤਾਰੂਫ ਕਰਵਾਉਂਗਾ ਅੱਜ ਜਿਸ ਵਜ਼ੀਰ ਨਾਲ ਗੱਲਬਾਤ ਕਰਨ ਲਈ ਪਹੁੰਚੇ ਆ ਅਕਸਰ ਹੀ ਸੁਰਖੀਆਂ 'ਚ ਰਹਿੰਦੇ ਆ ਚਰਚਾਵਾਂ 'ਚ ਰਹਿੰਦੇ ਆ ਮੇਰੀ ਮੁਰਾਦ ਭਾਰਤ ਪੂਸ਼ਨਾਸ਼ੋ ਸਸਕਲ ਜੀ ਸਸਕਲ ਜੀ ਸਵਾਗਤ ਹੈ ਜੀ ਪੰਜਾਬ ਲੈਣਾ ਹਿਮਾਚਲ ਤੇ ਜੀ ਜੀ ਬੜਾ ਮੇਰਾ ਜਿਹੜਾ ਪਹਿਲਾ ਸਵਾਲ ਹੈ ਕਿ ਤਿੰਨ ਸਾਲ ਜਿਹੜੇ ਤੁਸੀਂ ਪੂਰੇ ਕਰਨ ਜਾ ਰਹੇ ਹੋ ਕੁਝ ਦਿਨਾਂ ਬਾਅਦ ਤੁਹਾਡੇ ਤਿੰਨ ਸਾਲ ਪੂਰੇ ਹੋ ਜਾਣੇ ਆ ਆਪਣੀ ਸਰਕਾਰ ਨੂੰ ਤੇ ਆਪਣੇ ਵਿਭਾਗ ਨੂੰ ਕਿੰਨੇ ਨੰਬਰ ਦੇਵੋਗੇ ਦੇਖੋ ਜੀ ਜਿੰਨੀ ਜੇ ਤੱਕ ਕੋਸ਼ਿਸ਼ਾਂ ਨੂੰ ਕਹੀਏ ਤਾਂ ਪੂਰੇ ਨੰਬਰ ਦਿੱਤੇ ਜਾਣਗੇ ਹਾਂ ਕਿਤੇ ਨਾ ਕਿਤੇ ਕੋਸ਼ਿਸ਼ਾਂ ਜੇ ਪੂਰੀਆਂ ਨਹੀਂ ਹੋਣਗੀਆਂ ਕਿਤੇ ਸਾਡੀਆਂ ਹੁਣ ਤਾਈਆਂ ਰਹਿ ਗਈਆਂ ਤੇ ਸਾਡੀਆਂ ਕੋਸ਼ਿਸ਼ਾਂ ਜਾਰੀ ਹੈ ਅਸੀਂ ਉਹਨੂੰ ਉਹਨੂੰ ਵੀ ਪੂਰਾ ਕਰਦੇ ਹਾਂਗੇ ਅਸ਼ੀਰ ਤੁਹਾਡੇ ਕੋਲੇ ਬਹੁਤ ਅਹਿਮ ਵਿਭਾਗ ਹੈ ਫੂਡ ਸਪਲਾਈ ਤੁਹਾਡੇ ਕੋਲੇ ਆਉਂਦਾ ਹੈ ਕਿਸਾਨੀ ਦੇ ਨਾਲ ਸਿੱਧਾ ਸਬੂਤ ਰੱਖਦਾ ਹੈ ਪੰਜਾਬ ਖੇਤੀ ਪ੍ਰਧਾਨ ਸੂਪਾ ਪਿਛਲੇ ਦਿਨਾਂ ਦੇ ਵਿੱਚ ਬੇਮੌਸਮੀ ਮੀਂਹ ਵੀ ਪਏ ਫਸਲਾਂ ਦੇ ਵੀ ਮੁਆਵਜ਼ੇ ਦੇਣ ਦੀ ਗੱਲ ਕੀਤੀ ਗਈ ਤੁਹਾਡਾ ਡਿਪਾਰਟਮੈਂਟ ਹੁਣ ਤੱਕ ਪੰਜਾਬ ਦੀ ਕਿਸਾਨੀ ਦੇ ਨਾਲ ਕਿਸ ਤਰੀਕੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਤਾਂ ਜੋ ਕਿ ਮੁਰ ਤੋਂ ਤੁਹਾਡੀ ਸਰਕਾਰ ਨੂੰ ਰਿਪੀਟ ਕਰਨ ਦੇ ਵਿੱਚ ਕੋਈ ਉਖਾਈ ਨਾ ਆਉਂਦੀ ਹੋਵੇ ਤਾਲੀਫਲ ਸਾਹਿਬ ਜਿੱਥੋਂ ਤਾਈ ਮੈਕਮੇ ਦਾ ਸਵਾਲ ਹੈ ਨਾ ਇਹ ਸਾਡਾ ਮਹਿਕਮਾ ਜਿਹੜੇ ਪੋਸਟ ਹਾਰਵੈਸਟਿੰਗ ਹੈ ਨਾ ਉਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਪ੍ਰੀ ਹਾਰਵੈਸਟਿੰਗ ਵਾਸਤੇ ਜਿੱਥੇ ਫਸਲਾਂ ਦਾ ਮੁਆਵਜ਼ਾ ਦੇਣ ਦੀ ਗੱਲ ਆਉਂਦੀ ਹੈ ਸਾਡਾ ਐਗਰੀਕਲਚਰ ਮਹਿਕਮਾ ਜਿਹੜਾ ਸਿੱਧਾ ਸੀਐਮ ਸਾਹਿਬ ਦੇ ਆਪਦੇ ਕੋਲ ਹੈ ਕਿਉਂਕਿ ਉਹ ਕਿਸਾਨੀ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਆ ਤੇ ਉਹਨਾਂ ਦਾ ਇਹ ਫੈਸਲਾ ਆ ਵੀ ਜਿਹੜੀ ਫਸਲ ਦੀ ਚੁਕਾਈ ਹੈ ਜਿੱਥੇ ਤੇ ਮੇਰੇ ਮਹਿਕਮੇ ਦੀ ਸੇਵਾਵਾਰੀ ਸ਼ੁਰੂ ਹੁੰਦੀ ਹੈ ਉਹਦੇ 'ਚ ਕੋਈ ਅੜਚਣ ਨਹੀਂ ਆਣੀ ਚਾਹੀਦੀ ਜੇਤੇ ਕੋਈ ਖਰਾਬਾ ਹੁੰਦਾ ਇਮੀਡੀਏਟ ਗਦਾਵਰੀਆਂ ਹੁੰਦੀਆਂ ਤੇ ਉਹਦੇ ਮੁਆਵਜ਼ੇ ਦਿੱਤੇ ਜਾਂਦੇ ਆ ਤਾਂ ਕਿ ਕਿਸੇ ਕਿਸਾਨ ਨੂੰ ਕੋਈ ਕੋਈ ਤਕਲੀਫ ਨਾ ਆਵੇ ਉਸ ਤੋਂ ਬਾਅਦ ਜਦੋਂ ਫਸਲ ਚੱਕਣ ਦੀ ਵਾਰੀ ਆਉਂਦੀ ਹੈ ਤੇ ਪਿਛਲੀਆਂ 6 ਫਸਲਾਂ ਹੋ ਗਈਆਂ ਜਿਵੇਂ 2002 ਤੋਂ 2007 ਵਿੱਚ ਕਿਹਾ ਜਾਂਦਾ ਸੀਗਾ ਵੀ ਕੈਪਟਨ ਸਰਕਾਰ ਦੇ ਟਾਈਮ 'ਚ ਕਿਸੇ ਨੂੰ ਮੰਡੀ 'ਚ ਖੜਨਾ ਨਹੀਂ ਪੈਂਦਾ ਕਿਸੇ ਨੂੰ ਪੇਮੈਂਟ ਵਾਸਤੇ ਖੱਜਲ ਨਹੀਂ ਹੋਣਾ ਪੈਂਦਾ ਸਾਰੀਆਂ 10 ਫਸਲਾਂ ਬਗੈਰ ਕਿਸੇ ਮੁਸ਼ਕਿਲ ਦੇ ਚੱਕੀਆਂ ਗਈਆਂ ਸਿਕੀਆਂ ਉਸੇ ਤਰੀਕੇ ਹੁਣ ਤੱਕ 6 ਫਸਲਾਂ ਤਕਰੀਬਨ ਹੋ ਚੁੱਕੀਆਂ ਇਹ ਵਿਭਾਗ ਤੁਹਾਡੇ ਤੋਂ ਪਹਿਲਾਂ ਆਦੇਸ਼ ਪ੍ਰਤਾਪ ਕੈਰੋ ਹਰਾਂ ਕੋਲੇ ਸੀਗਾ ਭਾਰਤ ਪੂਸ਼ਨਾ ਸ਼ੂਹਰਾਂ ਨੇ ਕੀ ਅਜੀਹਾ ਵਿਲੱਖਣ ਕੰਮ ਕੀਤਾ ਕਿ ਲੋਕ ਜਿਹੜਾ ਮੁਰ ਤੋਂ ਚਾਣ ਕੇ ਇਹ ਵਿਭਾਗ ਜਿਹੜਾ ਹੈ ਜੇ ਗਵਰਨਮੈਂਟ ਰੀਪੀਟ ਕਰਦੀ ਹੈ 2022 ਚ ਵੀ ਭਾਰਤ ਪੂਸ਼ਨਾ ਸ਼ੂਹਰਾਂ ਕੋਲੇ ਰਵੇ ਇਸ ਮਹਿਕਮੇ ਦੇ ਨਾਲ ਅਲੱਗ-ਅਲੱਗ ਡਿਪਾਰਟਮੈਂਟ ਨੇ ਜਿਵੇਂ ਡਿਸਟ੍ਰਿਬਿਊਸ਼ਨ ਦੀ ਮੈਂ ਗੱਲ ਕਰਾਂ ਡਿਸਟ੍ਰਿਬਿਊਸ਼ਨ ਚ ਵੀ ਜਿੱਥੇ ਚ ਰਾਸ਼ਨ ਡਿਪੋ ਆਉਂਦੇ ਆ ਤੇ ਜਿਹੜੇ ਜਿਹੜੀ ਆਟਾ ਦਾਲ ਤੁਸੀਂ ਕਹਿੰਦੇ ਹੋ ਸਕੀਮ ਫੂਡ ਸਕਿਉਰਟੀ ਐਕਟ ਦੇ ਤਹਿਤ ਅਸੀਂ ਕਣਕ ਵੰਡਦੇ ਆ ਸਾਰੇ ਯੋਗ ਲਾਭਪਾਤਰੀਆਂ ਨੂੰ ਉਹਦੇ ਚ ਅਸੀਂ ਬਹੁਤ ਜ਼ਿਆਦਾ ਰਿਫਾਰਮਸ ਕਰੇ ਮੇਰੀ ਇਹ ਪੋਜ਼ ਮਸ਼ੀਨਾ ਇੰਟਰੋਡਿਊਸ ਕਰੀਆਂ ਸਾਰੇ ਤੇ ਸਾਰੇ ਜਿੰਨੇ ਲਾਭਪਾਤਰੀ ਹੈ ਉਹ ਤਕਰੀਬਨ ਆਧਾਰ ਨਾਲ ਸੀਡਡ ਨੇ ਤੇ ਹਰੇਕ ਜਿਹੜਾ ਬੰਦਾ ਅੰਗੂਠਾ ਲਗਾਉਂਦਾ ਉਹਨੂੰ ਹੀ ਉਹਦਾ ਲਾਭ ਦਿੱਤਾ ਜਾਂਦਾ ਇਨੀਸ਼ੀਅਲੀ ਜਦੋਂ ਪਹਿਲਾਂ ਟ੍ਰੈਡੀਸ਼ਨਲੀ ਚੱਲਦਾ ਸੀਗਾ ਬਗੈਰ ਇਹ ਪੋਜ਼ ਮਸ਼ੀਨਾ ਤੋਂ 100% ਜਿਨਨੇ ਲਾਪਾਤਰੀ ਰਜਿਸਟਰਡ ਹੈ ਉਹ ਸ਼ੋ ਹੋ ਜਾਂਦੇ ਸੀ ਵੀ ਉਹਨਾਂ ਨੂੰ ਉਹਨਾਂ ਦਾ ਲਾਭ ਜਿਹੜਾ ਬਣਦਾ ਲਾਭ ਪਹੁੰਚ ਗਿਆ ਪਰ ਤੁਸੀਂ ਹੈਰਾਨ ਹੋਵੋਗੇ ਜਦੋਂ ਦੀ ਇਹ ਪੋਜ਼ ਮਸ਼ੀਨਾ ਆਈ ਹੈ ਔਰ ਇਹਦੀ ਸਾਰੇ ਡਿਸਟ੍ਰਿਬਿਊਸ਼ਨ ਦੀ ਐਂਡ ਟੂ ਐਂਡ ਕੰਪਿਊਟਰਾਈਜੇਸ਼ਨ ਹੈ ਮਤਲਬ ਜਦੋਂ ਤੋਂ ਤੁਸੀਂ ਪਰਚੇਸ ਕਰਨਾ ਹੈ ਉਹਦੀ ਸਟੋਰੇਜ ਕਰਨੀ ਹੈ ਉਸ ਤੋਂ ਬਾਅਦ ਉਹ ਉਹਨੂੰ ਡੈਪੂ ਹੋਲਡਰ ਤਾਈ ਪਹੁੰਚਾਉਣਾ ਹੈ ਤੇ ਲਾਹ ਪਤਰੀ ਤੱਕ ਪਹੁੰਚਾਉਣਾ ਹੈ ਸਾਰਾ ਚੇਨ ਕੰਪਿਊਟਰਾਈਜ਼ ਆ ਇਹ ਬਿਲਕੁਲ ਔਨਲਾਈਨ ਕੀਤਾ ਹੋਇਆ ਸਾਰਾ ਕੁਝ ਤਾਂ ਕਿ ਇਹਦੇ ਵਿੱਚ ਪਾਰਦਰਸ਼ੀ ਥੋੜਾ ਇਫੈਕਟਿਵ ਹੋਵੇ ਟਰਾਂਸਪੇਰੈਂਸੀ ਆਵੇ ਸਰਕਾਰ ਦਾ तमाम ਵਾਅਦਿਆਂ ਚ ਇੱਕ ਵਾਅਦਾ ਸੀਗਾ ਕਿ ਘਰ ਘਰ ਰੋਜ਼ਗਾਰ ਦੇਣਾ ਮੈਂ ਇਸੇ ਸਵਾਲ ਨੂੰ ਗੱਲ ਅੱਗੇ ਤੋਰਦਾ ਹੋਇਆ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਜਿਹੜੀ ਇਹ ਸਕੀਮਸ ਨੇ ਕਿ ਕਿਸੇ ਨੂੰ ਮੁਫਤ ਕਣਕ ਕਿਸੇ ਨੂੰ ਚੌਲ ਚਾਹ ਪੱਤੀ ਖੰਡ ਕਿਉ ਤੱਕ ਦੇ ਵਾਅਦੇ ਕੀਤੇ ਸੀ ਤੁਸੀਂ ਆਪ ਨਿੱਜੀ ਤੌਰ ਦੇ ਉੱਤੇ ਭਾਰਤ ਭੂਸ਼ਣਾ ਸ਼ੁਕੀ ਮੰਨਦੇ ਵੀ ਇਹ ਇਸ ਤਰੀਕੇ ਦੇ ਵਾਅਦੇ ਕਰਨ ਇਸ ਤਰੀਕੇ ਦੀਆਂ ਸਕੀਮਾਂ ਲੈ ਕੇ ਆਉਣੀਆਂ ਠੀਕ ਨੇ ਬਜਾਏ ਕਿ ਜਿਹੜਾ ਘਰ ਘਰ ਰੋਜ਼ਗਾਰ ਵਾਲਾ ਵਾਅਦਾ ਬਹੁਤ ਸੋਹਣਾ ਵਾਅਦਾ ਹੈ ਜੇ ਅਮਲ ਦੇ ਵਿੱਚ ਆ ਜਾਵੇ ਬੰਦਾ ਇੱਕ ਆਪਣਾ ਕਰੋ ਸਵੇਰੇ ਜਾਏਗਾ ਮਿਹਨਤ ਕਰਕੇ ਆਏਗਾ ਤੇ ਆਪਣੀ ਚੀਜ਼ ਇੱਜ਼ਤ ਨਾਲ ਖਰੀਦ ਕੇ ਖਾਏਗਾ ਉਹ ਜ਼ਿਆਦਾ ਵਧੀਆ ਨਹੀਂ ਬਹੁਤ ਵਧੀਆ ਸੁਪਨਾ ਤਾਂ ਉਸੇ ਚੀਜ਼ ਦਾ ਹੋਣਾ ਚਾਹੀਦਾ ਪਰ ਕਿਉਂਕਿ ਇਹ ਵੈਲਫੇਅਰ ਸਟੇਟ ਹੈ ਅੱਜ ਜਿਵੇਂ ਰੀਸੈਸ਼ਨ ਦਾ ਦੌਰ ਹੈ ਅੱਜ ਨੌਕਰੀਆਂ ਉਨੀਆਂ ਨਹੀਂ ਨਿਕਲ ਪਾਰੀਆਂ ਦੇ ਜਿਹੜੇ ਨੋਟਬੰਦੀ ਔਰ ਜੀਐਸਟੀ ਦੀ ਗਲਤ ਇੰਪਲੀਮੈਂਟੇਸ਼ਨ ਕਰਕੇ ਜੋ ਅੱਜ ਰੀਸੈਸ਼ਨ ਵੀ ਆ ਗਿਆ ਤੇ ਲੋਕਾਂ ਦੀਆਂ ਨੌਕਰੀਆਂ ਗਈਆਂ ਵੀ ਐ ਤੇ ਇਸ ਮੌਕੇ ਦੇ ਉੱਤੇ ਇਹ ਜੇ ਮੌਕੇ ਦੇ ਵਿੱਚ ਲੋਕਾਂ ਨੂੰ ਕਿਸੇ ਦਾ ਮੂੰਹ ਨਾ ਤੱਕਣਾ ਪਵੇ ਤਾਂ ਇਹ ਸਰਕਾਰਾਂ ਦਾ ਹੀ ਕੰਮ ਹੋ ਜਾਂਦਾ ਵੀ ਉਹਨਾਂ ਨੂੰ ਉਹਨਾਂ ਦੀ ਰੋਟੀ ਪਾਣੀ ਦਾ ਉਹਨਾਂ ਦੇ ਰੋਜ਼ਮਰਾ ਦੀਆਂ ਖਰਚੇ ਦਾ ਕਿਵੇਂ ਇੰਤਜ਼ਾਮ ਕਰਨਾ ਹੈ ਤੇ ਯੂਕੇ ਸਰਕਾਰ ਨੇ ਜਦੋਂ ਡੋਕਟਰ ਮਨਮੋਹਨ ਸਿੰਘ ਉਹ ਨਹੀਂ ਪ੍ਰੈਜ਼ੀਡੈਂਟ ਸੀਗੇ ਉਹ ਪ੍ਰਾਈਮ ਮਿਨਿਸਟਰ ਸੀਗੇ ਉਹਨਾਂ ਨੇ ਬਹੁਤ ਵਧੀਆ ਸਕੀਮਾਂ ਲਿਆਂਦੀਆਂ ਸੀਗੀਆਂ ਫੂਡ ਸਿਕਿਉਰਿਟੀ ਐਕਟ ਉਸ ਟਾਈਮ ਤੇ ਆਇਆ ਜਿਦੇ ਵਿੱਚ ਇਹ ਇਹ ਸਾਰੀ ਡਿਸਟ੍ਰਿਬਿਊਸ਼ਨ ਹੁੰਦੀ ਹੈ ਜਿਹੜੀ ਆਪਾਂ ਹੁਣ ਜ਼ਿਕਰ ਵੀ ਕਰਿਆ ਤੇ ਇਸੇ ਤਰੀਕੇ ਮਨਰੇਗਾ ਵਗੈਰਾ ਆਇਆ ਸੀ ਜਿਦੇ ਵਿੱਚ ਬਕਾਇਦਾ ਉਹਨਾਂ ਦਾ ਰੋਜ਼ਗਾਰ ਇੱਕ ਸਰਟਨ ਲਿਮਟ ਤਾਈ ਕਿੰਨੇ ਦਿਨਾਂ ਲਈ ਉਹਨਾਂ ਨੂੰ ਸਾਲ ਦੇ ਵਿੱਚ ਉਹਨਾਂ ਨੂੰ ਨੌਕਰੀ ਮਿਲੇ ਤਾਂ ਇਹ ਪੱਕਾ ਕੀਤਾ ਗਿਆ ਸੀ ਤਾਂ ਕਿ ਉਹਨਾਂ ਨੂੰ ਕੁਝ ਪੈਸਾ ਜਿਹੜਾ ਉਹਨਾਂ ਦੀ ਰੋਜ਼ਮਰਾਂ ਦੀ ਜ਼ਿੰਦਗੀ ਹੋ ਜਾਏ ਇਸੇ ਤਰੀਕੇ ਜਦੋਂ ਪੰਜਾਬ ਸਰਕਾਰ ਬਣੀ ਪੰਜਾਬ ਸਰਕਾਰ ਨੇ ਆਪਣੇ ਉਪਰਾਲੇ ਸ਼ੁਰੂ ਕੀਤੇ ਜਨਨੀਜੀ ਦਾ ਵਿਭਾਗਾ ਸੀਗਾ ਉਹਨਾਂ ਨੇ ਰੋਜ਼ਗਾਰ ਮੇਲੇ ਸਾਰੀ ਇੰਡਸਟਰੀ ਨੂੰ ਨਾਲ ਲਗਾ ਕੇ ਉਹਨਾਂ ਨੂੰ ਕਿਦਾਂ ਦਾ ਬੰਦਾ ਸਕਿਲਡ ਲੇਬਰ ਚਾਹੀਦੀ ਹੈ ਪਹਿਲਾਂ ਤਾਂ ਉਹ ਉਹਦੇ ਤੇ ਧਿਆਨ ਦਿੱਤਾ ਗਿਆ ਉਸ ਦੇ ਹਿਸਾਬ ਨਾਲ ਕੋਰਸਿਸ ਇੰਟਰੋਡਿਊਸ ਕੀਤੇ ਗਏ ਸਕਿਲ ਡਿਵੈਲਪਮੈਂਟ ਸੈਂਟਰ ਬਣਾਏ ਗਏ ਤਾਂ ਕਿ ਬੱਚੇ ਜਿੱਦਾਂ ਦੀ ਅੱਗੇ ਇੰਡਸਟਰੀ ਨੂੰ ਡਿਮਾਂਡ ਆ ਉਸੇ ਤਰੀਕੇ ਦਾ ਸਕਿਲ ਡਿਵੈਲਪ ਕਰਕੇ ਉਹਨਾਂ ਨੂੰ ਉਸ ਇੰਡਸਟਰੀ ਚ ਨੌਕਰੀ ਦਿਲਵਾਈ ਜਾ ਸਕੇ ਤੇ ਜਿਨੇ ਰੋਜ਼ਗਾਰ ਮੇਲੇ ਔਰ ਮੈਗਾ ਰੋਜ਼ਗਾਰ ਮੇਲੇ ਇਸ ਸਰਕਾਰ ਚ ਲੱਗੇ ਅੱਗੇ ਕਦੀ ਨਹੀਂ ਲੱਗੇ ਜੀ ਤੁਹਾਡੀ ਜਿਹੜੀ ਮੁਲਾਕਾਤ ਹੋਈ ਹੈ ਸਬੰਧਤ ਕੇਂਦਰੀ ਮੰਤਰੀ ਨਾਲ ਇੱਕ 31000 ਕਰੋੜ ਦੀ ਰਕਮ ਹੈ ਜਿਹੜੀ ਕਿ ਪੰਜਾਬ ਦੀ ਸਿਆਸੀ ਸਫਾਂ ਦੇ ਵਿੱਚ ਪਿਛਲੇ ਤਿੰਨਾਂ ਸਾਲਾਂ ਤੋਂ ਲਗਾਤਾਰ ਗੂੰਜ ਰਹੀ ਹੈ ਤਕਨੀਕੀ ਪਦਰ ਤੇ ਬਹੁਤੇ ਬੰਦੇ ਇਸ ਬਾਰੇ ਨਹੀਂ ਵੀ ਜਾਣਦੇ ਨੇ ਵੀ ਸਮਝਦੇ ਇੱਕ ਗੱਲ ਕਹੀ ਗਈ ਹੈ ਇਸ ਨੂੰ ਕਪਲਾ ਦਾ ਨਾਮ ਦਿੱਤਾ ਗਿਆ ਮੌਜੂਦਾ ਸਰਕਾਰ ਦੇ ਵੱਲੋਂ ਕਿ ਜਿਹੜੀ ਪਿਛਲੀ ਸਰਕਾਰ ਕਰ ਗਈ ਉਹ ਜਦੋਂ ਉਹਨਾਂ ਨਾਲ ਇਸ ਸਬੰਧੀ ਸਵਾਲ ਪਾਇਆ ਜਾਂਦਾ ਉਹ ਕਹਿੰਦੇ ਵੀ ਚਲੋ ਇਸ ਨੂੰ ਤੁਸੀਂ ਮਾਈਨਸ ਕਰ ਦਿਓ ਜਿਹੜਾ 2 ਲੱਖ 48 ਹਜ਼ਾਰ ਕਰੋੜ ਦਾ ਕਰਜ਼ਾ ਹੈ ਤੇ ਬਾਕੀ ਦਾ ਗਵਰਨਮੈਂਟ ਨੇ ਉਸ ਉੱਤੇ ਕੀ ਕੀਤਾ ਪਰ ਮੈਂ ਇਸ ਵਾਰ ਪੁੱਛਣਾ ਚਾਹੂੰਗਾ ਤੁਸੀਂ ਮੁਲਾਕਾਤ ਕੀਤੀ ਕੀ ਇਹ ਇਸ਼ੂ ਰੇਜ਼ ਕੀਤਾ ਇਸ ਤੋਂ ਇਲਾਵਾ ਮੁੱਖ ਮੰਤਰੀ ਸਾਹਿਬ ਐਫਐਮ ਸਾਹਿਬ ਲਗਾਤਾਰ ਇਸ ਨੂੰ ਰੇਜ਼ ਕਰ ਚੁੱਕੇ ਆ ਇਹ ਤਾਂ ਇੰਨਾ ਏਟਾ ਵੱਡਾ ਇਸ਼ੂ ਬਣ ਗਿਆ ਦੂਸਰੇ ਆਪਾਂ ਕਰਜ਼ਿਆਂ ਨੂੰ ਛੱਡ ਦਈਏ ਇਹ ਤਾਂ ਇਹੋ ਜਿਹਾ ਕਰਜ਼ਾ ਹੈ ਜਿਹੜਾ ਆਣਾ ਨਹੀਂ ਸੀ ਚਾਹੀਦਾ ਇਹ ਸਕੈਮ ਹੈ ਕਿ ਨਹੀਂ ਹੈ ਧਰੋ ਬਹੁਤ ਵੱਡਾ ਹੈ ਜਿਹੜਾ ਪੰਜਾਬ ਦੀ ਜਨਤਾ ਨਾਲ ਤੇ ਪੰਜਾਬ ਦੇ ਲੋਕਾਂ ਨਾਲ ਕੀਤਾ ਗਿਆ ਉਹ ਵੀ ਉਦੋਂ ਜਦੋਂ ਇੱਕ ਦਿਨ ਪਹਿਲਾਂ 11 ਤਰੀਕ ਨੂੰ ਕਾਊਂਟਿੰਗ ਹੋਣੀ ਹੈ ਔਰ ਉਦੋਂ ਕੋਈ ਕਾਲੀ ਨਹੀਂ ਸੀ ਵੀ ਜਿਸ ਕਰਕੇ ਸਰਕਾਰ ਨੂੰ ਕੋਈ ਫੈਸਲਾ ਇਮੀਡੀਏਟ ਲੈਣਾ ਪੈਂਦਾ 10 ਤਰੀਕ ਨੂੰ ਤੁਸੀਂ ਇਹ ਸਰਕਾਰ ਪੰਜਾਬ ਦੇ ਉੱਤੇ ਲੋਨ ਚੱਕ ਲਿਆ ਪਿਛਲੀ ਸਰਕਾਰ ਨੇ ਸਰਕਾਰ ਬਣ ਜਾਂਦੀ ਜਿਹੜੀ ਸਰਕਾਰ ਹੁੰਦੀ ਉਹ ਜ਼ਿੰਮੇਵਾਰ ਹੁੰਦੀ ਜੇ ਉਹਨਾਂ ਨੇ ਸੀਸੀਐਲ ਲੈਣੀ ਸੀ ਤਾਂ ਸੀਸੀਐਲ ਸਾਨੂੰ April ਚ ਚਾਹੀਦੀ ਹੁੰਦੀ ਹੈ ਤਾਂ ਕੋਈ ਨਵੀਂ ਸਰਕਾਰ ਵੀ ਦਿਨਾ ਚ ਫੈਸਲਾ ਲੈ ਲੈਂਦੀ ਇਹ ਜੀ ਕੀ ਜ਼ਰੂਰਤ ਆ ਗਈ ਸੀ ਇੱਕੋ ਦਮ ਕਰੇਗਾ ਉਹ ਵੀ ਉਦੋਂ ਜਦੋਂ 네ਗੋਸ਼ੀਏਸ਼ਨ ਚ ਚੱਲ ਰਹੀਆਂ ਸਾਡੇ ਐਫਐਮ ਸਾਹਿਬ ਨੇ ਬਹੁਤ ਕਲੀਅਰਲੀ ਵਿਧਾਨ ਸਭਾ ਚ ਵੀ ਦੱਸਿਆ ਔਰ ਬਾਹਰ ਵੀ ਉਹ ਦੱਸਦੇ ਨੇ ਬਈ ਇਹ ਤਿੰਨ ਹਿੱਸਿਆਂ ਚ ਸਰਕਾਰ ਲੈ ਰਹੀ ਸੀ ਸੈਂਟਰ ਗਵਰਨਮੈਂਟ ਤਕਰੀਬਨ ਐਗਰੀ ਕਰ ਰਹੀ ਸੀਗੀ ਵੀ ਇਹਦਾ ਇੱਕ ਹਿੱਸਾ ਬੈਂਕਾਂ ਬੀਅਰ ਕਰਨ ਇੱਕ ਹਿੱਸਾ ਸਟੇਟ ਗਵਰਨਮੈਂਟ ਔਰ ਇੱਕ ਹਿੱਸਾ ਸੈਂਟਰ ਗਵਰਨਮੈਂਟ ਬੀਅਰ ਕਰੇ ਅੱਜ ਉਹ ਜਿਹੜਾ 31000 ਕਰੋੜ ਦੀ ਜਿਹੜੀ ਸਾਨੂੰ ਮੰਥਲੀ ਕਿਸਤ ਦੇਣੀ ਪੈ ਰਹੀ ਹੈ 270 ਕਰੋੜ ਉਹਦੇ ਹਿਸਾਬ ਨਾਲ ਜੇ ਪਿਛਲੇ 3 ਸਾਲਾਂ ਦਾ ਹਿਸਾਬ ਕਰੀਏ ਤੇ ਜੋ ਐਫਐਮ ਸਾਹਿਬ ਨੇ ਵਿਧਾਨ ਸਭਾ ਚ ਬਜਟ ਪੇਸ਼ ਕਰਦੇ ਦੱਸਿਆ ਵੀ ਅਸੀਂ ਤਕਰੀਬਨ 10500 ਕਰੋੜ ਹੁਣ ਤਾਈਂ ਸੈਂਟਰ ਗਵਰਨਮੈਂਟ ਨੂੰ ਮੋੜ ਚੁੱਕੇ ਆ ਜਿਹੜਾ ਜੇ ਕਿਤੇ ਪੰਜਾਬ ਤੇ ਲੱਗਿਆ ਹੁੰਦਾ ਤੇ ਅੱਜ ਨਾ ਇੱਥੇ ਬੇਰੁਜ਼ਗਾਰੀ ਹੁੰਦੀ ਨਾ ਕੋਈ ਵਾਅਦਾ ਇਹ ਜਿਹੜਾ ਛੁੱਟਦਾ ਜਿਹੜਾ ਪੰਜਾਬ ਦੀ ਜਨਤਾ ਨਾਲ ਇਹ ਸਰਕਾਰ ਨੇ ਬਣਨ ਲਈ ਕੀਤਾ ਸੀ ਇਹਨਾਂ ਹਾਲਾਤਾਂ ਚ ਵੀ ਇਹ ਸਾਰਾ ਕੁਝ ਹੋਣ ਤੋਂ ਬਾਵਜੂਦ ਵੀ ਜਿਹੜਾ ਮੈਨੀਫੈਸਟੋ ਜੋ ਵਾਅਦੇ ਸਰਕਾਰ ਨੇ ਲੋਕਾਂ ਨਾਲ ਕਰੇ ਸੀ ਇਸ ਸਰਕਾਰ ਦੇ ਬਣਨ ਬਣਨ ਵੇਲੇ ਉਹ ਲਾਗੂ ਕਰਦੀ ਜਾ ਰਹੀ ਹੈ ਇਹਨਾਂ ਹਾਲਾਤਾਂ ਵਿੱਚ ਅਸ਼ੂ ਜੀ ਜੇਕਰ ਆਸਾਨ ਸੌਖੀ ਭਾਸ਼ਾ ਦੇ ਵਿੱਚ ਆਮ ਲੋਕਾਂ ਨੂੰ ਜਦੋਂ ਬਜਟ ਪੇਸ਼ ਹੁੰਦਾ ਲੰਮੀਆਂ ਲੰਮੀਆਂ ਤਕਰੀਰਾਂ ਤੇ ਬੜੇ ਵੱਡੀ ਫਿਗਰਸ ਹੁੰਦੀਆਂ ਨੇ ਇੰਨੇ ਹਜ਼ਾਰ ਕਰੋੜ ਇਸ ਲਈ ਰੱਖ ਲਿਆ ਇੰਨੇ ਕਰੋੜ ਇਸ ਲਈ ਰੱਖ ਲਿਆ ਨਹੀਂ ਸਮਝ ਆਉਂਦਾ ਜੇ ਮੈਂ ਤੁਹਾਡੇ ਵਿਭਾਗ ਬਾਰੇ ਇਹ ਸਵਾਲ ਕਰਾਂ ਕਿ ਕੋਈ ਅਜਿਹੇ ਪੰਜ ਕੰਮ ਜਿਹੜੇ ਕਿ ਆਸਾਨ ਭਾਸ਼ਾ ਵਿੱਚ ਤੁਸੀਂ ਲੋਕਾਂ ਨੂੰ ਸਮਝਾ ਸਕਦੇ ਹੋ ਅੱਜ ਇਸ ਚਰਚਾ ਦੇ ਜ਼ਰੀਏ ਤਾਂ ਤੁਸੀਂ ਕਿਸ ਤਰੀਕੇ ਨਾਲ ਗਣਵਾਓਗੇ ਕਿੱਥੋਂ ਸ਼ੁਰੂਆਤ ਕਰੋਗੇ ਅਸੀਂ ਜਿਹੜਾ ਗਰੀਬ ਹੈ ਜਿਹਨੂੰ ਜਿਹਦਾ ਹੱਕ ਉਹਦੇ ਤੱਕ ਪਹੁੰਚਣਾ ਚਾਹੀਦਾ ਹੈ ਅਸੀਂ ਆਪਣਾ ਡਿਸਟ੍ਰਿਬਿਊਸ਼ਨ ਸਾਰਾ ਸਿਸਟਮ ਆਨਲਾਈਨ ਕਰਿਆ ਉਹ ਇਦਾਂ ਦਾ ਫੂਲ ਪ੍ਰੂਫ ਕਰਿਆ ਵੀ ਜਿਹੜਾ ਹੱਕਦਾਰ ਹੈ ਸਹੀ ਉਹਨੂੰ ਉਹਦਾ ਹੱਕ ਜ਼ਰੂਰ ਮਿਲੇ ਤੇ ਉਹ ਉਹਦੇ ਵਾਸਤੇ ਈਪੌਜ਼ ਮਸ਼ੀਨਾਂ ਲਾਗੂ ਕੀਤੀਆਂ ਗਈਆਂ ਔਰ ਆਫਲਾਈਨ ट्रांजैक्शन ਬਿਲਕੁਲ ਬੰਦ ਕੀਤੀ ਗਈ ਉਹਦੇ ਵਿੱਚ ਜਿਹੜੇ ਡੇਪੂ ਹੋਲਡਰ ਸੀਗੇ ਉਹ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਉਹਨਾਂ ਦੀ ਉਹਨਾਂ ਦੀ ਜਿਹੜੀ ਮਾਰਜਨ ਮਣੀ ਸੀ ਜਿਹੜੀ ਕਮਿਸ਼ਨ ਕਿਹਾ ਜਾਂਦਾ ਉਹ ਕਮਿਸ਼ਨ ਪਹਿਲਾਂ 25 ਪੈਸੇ ਪਰ ਕਿਲੋ ਹੁੰਦੀ ਸੀਗੀ ਉਹ ਵਧਾ ਕੇ 50 ਪੈਸੇ ਪਿਛਲੀ ਸਰਕਾਰ ਕਰ ਗਈ ਸੀ ਜਿਹੜੀ ਅੱਸੀ ਆ ਕੇ ਅਦਾਇਗੀ ਉਹਦੀ ਕੀਤੀ ਤੇ ਹੁਣ ਉਹਨੂੰ ਵੀ ਅਸੀਂ 70 ਪੈਸੇ ਕਰਨ ਵਾਸਤੇ ਸਰਕਾਰ ਕੋਲ ਭੇਜਿਆ ਤਾਂ ਕਿ ਜਿਹੜਾ ਡੇਪੂ ਹੋਲਡਰ ਹੈ ਉਹ ਉਹ ਵੀ ਉਹਦਾ ਘਰ ਵੀ ਚੱਲੇ ਜਿਵੇਂ ਜਿਵੇਂ ਅੱਜ ਮਹਿੰਗਾਈ ਵਧਦੀ ਜਾ ਰਹੀ ਹੈ ਤੇ ਉਹਨਾਂ ਨੂੰ ਆਮਦਨ ਵੀ ਬਣੇ ਤੇ ਉਹਦੇ ਵਾਸਤੇ ਹੋਰ ਵੀ ਉਪਰਾਲੇ ਕਰ ਰਹੇ ਆ ਅਸੀਂ ਵੀ ਉਹਨਾਂ ਨੂੰ ਕਿਤੇ ਪੈਟਰੋਲੀਅਮ ਪ੍ਰੋਡਕਟ ਉੱਥੇ ਲੈ ਕੇ ਜਾਈਏ ਹਿੰਦੁਸਤਾਨ ਲੀਵਰ ਦੇ ਪ੍ਰੋਡਕਟ ਉੱਥੇ ਪੰਚਾਈਏ ਮਾਰਕਫੈਟ ਦੇ ਪ੍ਰੋਡਕਟ ਸਸਤੇ ਰੇਟਾਂ ਤਾਂ ਕਿ ਉਹ ਮਾਰਕੀਟ ਚ ਉਹਨਾਂ ਨੂੰ ਵੇਚ ਕੇ ਇੱਕ ਗਰੋਸਰੀ ਸ਼ਾਪ ਦੀ ਤਰ੍ਹਾਂ ਉਹਨੂੰ ਡਿਵੈਲਪ ਕਰ ਸਕਣ ਇਹ ਸਾਡੇ ਵਿਭਾਗ ਦੇ ਵੀ ਉਪਰਾਲਾ ਉਹਨਾਂ ਨਾਲ ਗੱਲ ਕਰਕੇ ਇਹ ਵੀ ਅਸੀਂ ਸੀੜੇ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਹਾਂ ਉਸੇ ਤਰੀਕੇ ਟਰਾਂਸਪੋਰਟ ਸੈਕਟਰ ਚ ਰਿਫਾਰਮਸ ਲਿਆਂਦੇਗੇ ਜਿਹੜੇ ਮੈਂ ਹੁਣੇ ਤੁਹਾਨੂੰ ਦੱਸ ਕੇ ਹਟਿਆ ਉਹਦੇ ਚੇੜੀ ਭਾਰੀ ਬਚਤ ਕੀਤੀ ਗਈ ਉਸੇ ਤਰੀਕੇ ਜਿਹੜੇ ਸਾਡੇ ਸ਼ੈਲਰ ਇੰਡਸਟਰੀ ਵਾਲੇ ਲੋਕ ਆ ਉਹਨਾਂ ਕੋਲ ਉਹਨਾਂ ਨੂੰ ਜਿਹੜੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਸੀਗੀਆਂ ਉਹ ਮੁਸ਼ਕਲਾਂ ਨੂੰ ਦੂਰ ਕਰਨ ਵਾਸਤੇ ਅਸੀਂ ਆਨਲਾਈਨ ਸਿਸਟਮ ਸ਼ੁਰੂ ਕਰਿਆ ਤਾਂ ਕਿ ਉਹਨਾਂ ਨੂੰ ਜਿਹੜੇ ਸਾਡੇ ਛੋਟੇ ਐਮਪਲੋਈ ਨੇ ਉਹਨੂੰ ਬਾਰ-ਬਾਰ ਗੇੜੇ ਮਰਵਾ ਕੇ ਉਹਨਾਂ ਦੀ ਐਕਸਪਲੋਇਟੇਸ਼ਨ ਨਾ ਕਰਨ ਉਹ ਆਨਲਾਈਨ ਕਰੋਈ ਸਾਰੀ ਇੰਡਸਟਰੀ ਸਾਡੇ ਨਾਲ ਰਜਿਸਟ੍ਰੇਸ਼ਨ ਕਰਨ ਆਨਲਾਈਨ ਉਹਨਾਂ ਦੀ ਮੰਡੀ ਲਿੰਕੇਜ ਹੋਵੇ ਆਨਲਾਈਨ ਆਰੋ ਜਨਰੇਟ ਹੋਣ ਤੇ ਜਿੱਥੇ ਜਿੱਥੇ ਆਹਾ ਐਫਸੀਆਈ ਨਾਲ ਮਿਲ ਕੇ ਅਸੀਂ ਕੋਸ਼ਿਸ਼ਾਂ ਕੀਤੀਆਂ ਵੀ ਅੱਗੇ ਸਾਡਾ ਜਿਹੜਾ ਜਦੋਂ ਸਾਡੀ ਫਸਲ ਦਿੱਤੀ ਜਾਂਦੀ ਸੀ ਤੇ ਉੱਥੋਂ ਜਿਹੜੇ ਸਾਡੇ ਬਿੱਲ ਵਗੈਰਾ ਰੇਸ ਹੁੰਦੇ ਸੀਗੇ ਉਹ ਫਟਾਫਟ ਆਨਲਾਈਨ ਹੋਵੇ ਤਾਂ ਕਿ ਪਰ ਡੇ 9 9 ਕਰੋੜ ਵਿਆਜ ਪੈਂਦਾ ਹੈ ਤੇ ਸਾਨੂੰ 20-20 ਦਿਨ ਲੱਗ ਜਾਂਦੇ ਸੀ ਉਹ ਕਟਾ ਕੇ 10 ਦਿਨ ਤਾਈਂ ਲਿਆਂਦਾ ਗਿਆ। ਤੁਹਾਡੀ ਸਰਕਾਰ ਕਹਿੰਦੀ ਹੈ ਕਿ ਪੁਰਾਣੀ ਸਰਕਾਰ ਦੀਆਂ ਨਲਾਇਕੀਆਂ ਸਾਨੂੰ ਭੁਗਤਣੀਆਂ ਪੈਂਦੀਆਂ ਨੇ ਤੇ ਉਹ ਨਲਾਇਕੀਆਂ ਦੇ ਵਿੱਚ ਮੌਜੂਦਾ ਕੇਂਦਰ ਸਰਕਾਰ ਹੋਣ ਦੀ ਪੰਜਾਬ ਸਰਕਾਰ ਦਾ ਸਾਥ ਦੇ ਰਹੀ ਹੈ ਜਿੱਥੇ ਤੇ ਬਹੁਤ ਬਹੁਤ ਮੁਸ਼ਕਲ ਹੈ ਜੀ اسپੇਸ ਵਾਲੀ ਓਹੀ ਗੱਲ ਜਿਹੜੀ ਤੁਸੀਂ ਪਹਿਲਾਂ ਕਰਕੇ ਹਟੇ ਉਹ ਸਾਨੂੰ ਬਿਲਕੁਲ ਉਹਦੇ 'ਚ ਕੋਆਪਰੇਸ਼ਨ ਨਹੀਂ ਮਿਲ ਰਹੀ। ਬਾਰ-ਬਾਰ ਜਾਣਾ ਪੈ ਰਿਹਾ ਸੀਐਮ ਸਾਹਿਬ ਨੂੰ ਪੀਐਮ ਸਾਹਿਬ ਤੱਕ ਜਾਣਾ ਪੈ ਰਿਹਾ ਅਸੀਂ ਲੋਕ ਰੋਜ਼ ਉੱਥੇ ਦੇ ਫੂਡ ਮਨਿਸਟਰ ਨਾਲ ਗੱਲ ਕਰਦੇ ਆਂ ਵੀ ਇੱਥੋਂ ਦਾ ਜਿਹੜਾ ਅੰਨ ਭਰੇ ਪਏ ਆ ਭੰਡਾਰ ਖਾਲੀ ਕਰੋ ਫਸਲ ਖਰਾਬ ਕਰਨ ਤੋਂ ਪਹਿਲਾਂ ਜਿੱਥੇ ਜਿੱਥੇ ਉਹਨਾਂ ਦੀ ਫਸਲ ਹੈ ਇਹਨਾਂ ਨੂੰ ਉਹਨਾਂ ਨੇ ਡਿਸਟ੍ਰਿਬਿਊਟ ਕਰਨਾ ਹੈ ਕਿਸੇ ਦੂਸਰੇ ਮੁਲਕ ਨੂੰ ਭੇਜਣਾ ਹੈ ਓ ਐਮ ਐਸ ਐਸ 'ਚ ਵੇਚਣਾ ਹੈ ਓਪਨ ਮਾਰਕੀਟ 'ਚ ਵੇਚਣਾ ਹੈ ਜਾਂ ਕਿਸੇ ਡਿਸਟਿਲਰੀ ਨੂੰ ਦੇਣਾ ਉਹ ਡਿਸੀਜਨ ਲੈਣ ਛੇਤੀ ਤੋਂ ਛੇਤੀ ਇਸ ਫਸਲ ਨੂੰ ਕਿਸੇ ਆਰੇ ਲਾਣ ਤਾਂ ਕਿ ਇਹ ਖਰਾਬੇ ਤੋਂ ਪਹਿਲਾਂ ਇਹ ਕਿਤੇ ਨਾ ਕਿਤੇ ਚੰਗੀ ਜਗ੍ਹਾ ਪਹੁੰਚ ਸਕੇ। ਇਸ ਵਿਭਾਗ ਦੇ ਵਿੱਚ ਜਿੰਨਾ ਸਮਾਂ ਵੀ ਕੰਮ ਕੀਤਾ ਉਸ ਤੋਂ ਬਾਅਦ ਕੀ ਮਹਿਸੂਸ ਕਰਦੇ ਹੋ ਕਿ ਜੇਕਰ ਤਵਾਰ ਤੋਂ ਸਾਡੀ ਸਰਕਾਰ ਬਣਦੀ ਹੈ ਤੇ ਆਸ਼ੂ ਮੰਤਰੀ ਬਣਦੇ ਹੈ ਤੇ ਉਹ ਕਿਹੜਾ ਵਿਭਾਗ ਲੈਣਾ ਪਸੰਦ ਕਰਨਗੇ? ਜੋ ਜ਼ਿੰਮੇਵਾਰੀ ਦੇਣੀ ਹੈ ਇਹ ਤਾਂ ਸੀਐਮ ਸਾਹਿਬ ਦਾ ਪ੍ਰੈਰੋਗੇਟਿਵ ਰਹਿੰਦਾ ਹੈ। ਪਰ ਹਾਂ ਇੱਥੇ ਸਿੱਖਣ ਨੂੰ ਵੀ ਮਿਲਿਆ। ਕੰਮ ਕਰਕੇ ਇੱਕ ਸੈਟੀਸਫੈਕਸ਼ਨ ਵੀ ਮਿਲਦੀ ਹੈ। ਹਾਂ ਅਸੀਂ ਕਿਸੇ ਕਿਸੇ ਬਾਰੇ ਕਿਉਂਕਿ ਬਹੁਤ ਵੱਡਾ ਮਹਿਕਮਾ ਹੈ। ਬਹੁਤ ਵੱਡੀ ਆਪਰੇਸ਼ਨਸ ਚੱਲਦੇ ਆਸ਼ੀਆ ਦਾ ਸਭ ਤੋਂ ਵੱਡਾ ਆਪਰੇਸ਼ਨ ਹੈ ਪ੍ਰੋਕਿਊਰਮੈਂਟ ਦਾ ਜਿਹੜਾ ਔਰ ਇਨੀ ਤੇਜ਼ੀ ਨਾਲ ਹੁੰਦਾ ਭਾਈ ਸਾਹਿਬ ਤੁਸੀਂ ਤਾਲੇਵਾਲ ਸਾਹਿਬ ਮੇਰੇ ਤੋਂ ਜ਼ਿਆਦਾ ਮੂਵ ਕਰਦੇ ਹੋ ਮੰਡੀਆਂ ਦੇ ਵਿੱਚ ਵੀ ਹੁਣ ਕਣਕ ਆਉਣੀ ਹੈ 130 ਲੱਖ 35 ਲੱਖ ਮੀਟ्रिक टन ਦੇ ਕਰੀਬ ਕਣਕ ਆਣੀ ਹੈ 20 ਦਿਨਾਂ ਚ ਆਣੀ ਹੈ ਉਹ ਪਰਚੇਜ਼ ਵੀ ਹੋਣੀ ਹੈ ਉਸ ਲਿਫਟ ਵੀ ਹੋਣੀ ਹੈ ਤੇ ਉਹਦੀ ਤਕਰੀਬਨ 25-26 ਹਜ਼ਾਰ ਕਰੋੜ ਦੀ ਪੇਮੈਂਟ ਵੀ ਹੋਣੀ ਹੈ ਇਨੀ ਤੇਜ਼ੀ ਨਾਲ ਆਪਰੇਸ਼ਨ ਚੱਲਦਾ ਔਰ ਉਹ ਇਹ ਵਿਭਾਗ ਪਿਛਲੇ ਪਿਛਲੀਆਂ 6 ਫਸਲਾਂ ਜਿਹੜੀਆਂ ਮੇਰੇ ਹੁੰਦੇ ਆ ਇਸ ਸਰਕਾਰ ਬਣ ਬਾਦ ਹੋਈਆਂ ਇਨਾ ਸਕਸੈਸਫੁਲੀ ਕਰ ਰਿਹਾ ਔਰ ਕਿਸੇ ਨੇ ਕੋਈ ਮੁਸ਼ਕਿਲ ਨਹੀਂ ਆਣ ਦਿੱਤੀ ਜੋ ਸੀਐਮ ਸਾਹਿਬ ਸਾਡੇ ਕੈਪਟਨ ਮਨਿੰਦਰ ਸਿੰਘ ਹੋਣਾ ਦਾ ਸੁਪਨਾ ਹੈ ਵੀ ਕਿਸੇ ਵੀ ਕਿਸਾਨ ਨੂੰ ਕੋਈ ਮੁਸ਼ਕਿਲ ਨਾ ਆਣ ਦਿੱਤੀ ਜਾਵੇ ਬੜਾ ਸਕਸੈਸਫੁਲੀ ਉਹਨਾਂ ਦੀਆਂ ਆਸ਼ਾਵਾਂ ਤੇ ਪੂਰਾ ਉਤਰਦਾ ਜਿਸ ਮੰਤਰੀ ਨੂੰ ਇੱਕ ਮਤਲ ਡੀਐਸਪੀ ਅਤਵਾਦੀ ਕਹਿ ਕੇ ਸੰਬੋਧਨ ਹੋ ਰਿਹਾ ਹੈ ਕਿ ਕੋਈ ਕਾਨੂੰਨੀ ਜਵਾਬ ਹੋਏਗਾ ਮੰਤਰੀ ਵੱਲੋਂ ਕਾਨੂੰਨੀ ਜਵਾਬ ਤਾਂ ਇਹ ਹੈ ਵੀ ਜਿਹੜੀ ਚੀਜ਼ਾਂ ਅੱਜ ਤੋਂ 30 ਸਾਲ ਪਹਿਲਾਂ ਜਦੋਂ ਮੈਂ 19 ਸਾਲਾਂ ਦਾ ਸੀਗਾ ਔਰ ਮੇਰੇ ਮਦਰ ਫਾਦਰ ਉਦੋਂ ਮਰਡਰ ਹੋਏ ਸੀਗੇ ਉਸ ਹਾਲਾਤਾਂ ਸਾਰੇ ਸਾਡੇ ਪਰਿਵਾਰਕ ਇੱਕ ਝਗੜੇ ਦਾ ਨਤੀਜਾ ਸਨ ਜਿਹਦੀ ਜੁਡੀਸ਼ੀਅਲ ਸਕਰੂਟੀ ਨਹੀਂ ਹੋ ਚੁੱਕੀ ਮੈਂ ਬਰੀ ਹੋ ਚੁੱਕਿਆ ਸਟੇਟ ਨੇ ਟਾਡਾ ਰਿਵਿਊ ਕਮੇਟੀ ਬਣਾ ਕੇ ਉਸ ਕੇਸ ਨੂੰ ਝੂਠਾ ਮੰਨ ਕੇ ਵਿਧਰੋ ਕਰ ਲਿਆ ਉਹਦੀ ਅੱਜ ਡਿਸਕਸ਼ਨ ਬੇਮਾਨੀ ਹੈ ਅਗਰ ਕੋਈ ਲੱਗਦਾ ਕਿਸੇ ਨੂੰ ਤਾਂ ਸਾਡਾ ਜੁਡੀਸ਼ੀਅਲ ਡਿਸਕੋਰਸ ਹੈਗਾ ਉਹਨੂੰ ਫਾਲੋ ਕਰ ਲੇ ਮੈਨੂੰ ਦੁਬਾਰਾ ਉੱਥੇ ਕੋਈ ਸੀਯੂ ਕਰਨਾ ਹੈ ਜਾਂ ਦੁਬਾਰਾ ਜੁਡੀਸ਼ੀਅਲ ਸਕਰੂਟੀ ਚ ਲੈ ਕੇ ਜਾਣਾ ਤੇ ਲੈ ਜਾਏ ਜਿਹੜੇ ਲੁਧਿਆਣੇ ਦੇ ਲੋਕ ਤਾਂ ਬਿਲਕੁਲ ਸਮਝਦੇ ਆ ਜੀ ਪੰਜਾਬ ਵਾਲਿਆਂ ਨੂੰ ਸਮਝ ਨਹੀਂ ਸੀ ਤਾਂ ਹੌਲੀ ਹੌਲੀ ਸਮਝ ਆਂਦੀ ਜਾ ਰਹੀ ਹੈ ਜਿਹੜੇ ਅੱਜ ਇੱਕ ਸਾਲ ਪਹਿਲਾਂ ਇਹ ਸਮਝਦੇ ਸੀਗੇ ਵੀ ਬਿਲਕੁਲ ਇਹ ਗੁੱਸੇ ਚ ਬੋਲਿਆ ਗਿਆ ਲਫ਼ਜ਼ ਹੈ ਤੇ ਹੁਣ ਜਿਵੇਂ ਜਿਵੇਂ ਉਹਦਾ ਕਰਦਾਰ ਸਾਹਮਣੇ ਆਂਦਾ ਜਾ ਰਿਹਾ ਤਾਂ ਉਹ ਮੈਂ ਉਹਦੀਆਂ ਗੱਲਾਂ ਦਾ ਜਵਾਬ ਵੀ ਨਹੀਂ ਦਿੰਦਾ ਉਹ ਮੈਨੂੰ ਲਗਾਤਾਰ ਫੇਸਬੁਕ ਤੇ ਔਰ ਇਹਦੇ ਤੇ ਇਹ ਜੀਆਂ ਗੱਲਾਂ ਕਰਦਾ ਜਿਹੜਾ ਆਪਾਂ ਪਬਲਿਕ ਲਾਈਫ 'ਚ ਵਰਤ ਨਹੀਂ ਸਕਦੇ। ਕੰਦ ਦੇ ਵਿੱਚ ਜਾ ਕੇ ਲੋਕਾਂ ਦਾ ਜੋ ਦਰਦ ਨਵਜੋਤ ਸਿੰਘ ਢਾਲੀਵਾਲ ਨੇ ਮਹਿਸੂਸ ਕੀਤਾ ਉਹ ਇਹ ਹੈ ਲੋਕ ਇਹ ਕਹਿ ਰਹੇ ਆ ਕਿ 3 ਸਾਲ ਦੇ ਬਾਅਦ ਵੀ ਸਰਕਾਰ ਸਿਰਫ ਤੇ ਸਿਰਫ ਕੋਸ਼ਿਸ਼ ਲਫ਼ਜ਼ ਵਰਤ ਰਹੀ ਹੈ। ਕਿਸੇ ਚੀਜ਼ ਨੂੰ ਲੈ ਕੇ ਚਾਹੇ ਉਹ ਡਰੱਗ ਹੈ ਚਾਹੇ ਉਹ ਰੋਜ਼ਗਾਰ ਹੈ ਚਾਹੇ ਹੋ ਪਬਲਿਕ ਦੇ ਭਲਾਈ ਦੇ ਕੰਮ ਨੇ ਜਾਂ ਸਕੀਮਸ ਨੇ ਉਹਨੂੰ ਇਹ ਨਹੀਂ ਕਹਿਦੀ ਕਿ ਅਸੀਂ ਇਸ ਤੇ ਇਸ ਤੇ ਕੰਮ ਕਰ ਲਿਆ ਇਸ ਨੂੰ ਅਸੀਂ ਮੁਕੰਮਲ ਕਰ ਲਿਆ ਹਰੇਕ ਚੀਜ਼ ਦੇ ਸਵਾਲ ਦੇ ਉੱਤੇ ਇਹੀ ਜਵਾਬ ਹੁੰਦਾ ਹੈ ਕਿ ਕੋਸ਼ਿਸ਼ ਔਰ ਐਸੀ ਕੋਸ਼ਿਸ਼ਾਂ ਦੇ ਉੱਤੇ ਸਵਾਲ ਨਾ ਕੇਵਲ ਮਾਲਵਾ ਪੱਟੀ ਦੇ ਵਿਧਾਇਕ ਸਗੋਂ ਦਵਾਬਾ ਪੱਟੀ ਦੇ ਵਿਧਾਇਕ ਵੀ ਹੋਣਾ ਚੁੱਕਣ ਲੱਗ ਪਏ ਆ ਕਿ ਸਰਕਾਰ ਸਿਰਫ ਕੋਸ਼ਿਸ਼ ਕੋਸ਼ਿਸ਼ ਕਰਕੇ ਆਪਣਾ ਟਾਈਮ ਤਾਂ ਪਾ ਰਹੀ ਹੈ ਤੁਸੀਂ ਬਿਲਕੁਲ ਸਹੀ ਕਹਿਨੇ ਹੋ ਸਾਨੂੰ ਕਦੀ ਵੀ ਮੁਨਕਰ ਨਹੀਂ ਹੋਣਾ ਚਾਹੀਦਾ ਆ ਸਾਡੀ ਜਵਾਬਦੇਹੀ ਹੈ ਲੋਕਾਂ ਲਈ ਅਗਰ ਉਹਨਾਂ ਨੂੰ ਲੱਗ ਰਿਹਾ ਹੈ ਵੀ ਸਾਡੇ ਛੱਲੇ ਵੀ ਕਮੀਆਂ ਤੇ ਸਾਨੂੰ ਹੋਰ 2 ਸਾਲ ਦਾ ਟਾਈਮ ਸਾਡੇ ਕੋਲ ਹੈਗਾ ਉਹਨਾਂ ਕਮੀਆਂ ਨੂੰ ਦੂਰ ਕਰਨ ਦਾ ਵੀ ਪਰ ਮੈਂ ਸਮਝਦਾ ਵੀ ਇਹ ਜਿਹੜੀਆਂ ਕੋਸ਼ਿਸ਼ਾਂ ਹਨ ਉਹ ਅੱਜ ਅੰਜਾਮ ਤੱਕ ਪਹੁੰਚਦੀਆਂ ਨਜ਼ਰ ਆ ਰਹੀਆਂ ਜਿਹੜੀਆਂ ਇੱਕ ਸੱਚੇ ਦਿਲੋਂ ਕੀਤੀਆਂ ਕੋਸ਼ਿਸ਼ਾਂ ਹਨ ਉਹ ਅਕਸਰ ਤੁਹਾਨੂੰ ਉਹਨਾਂ ਦਾ ਜਦੋਂ ਰਿਜ਼ਲਟ ਆਉਂਦਾ ਹੈ ਨਾ ਤਾਂ ਬੜਾ ਦਿਲ ਨੂੰ ਸਕੂਨ ਦਿੰਦੀ ਹੈ ਤੇ ਉਹੀ ਰਿਜ਼ਲਟ ਜਦੋਂ ਹੋਣਾ ਨੇ ਸ਼ੁਰੂ ਹੋਣੇ ਆ ਉਹ ਪੰਜਾਬੀਆਂ ਦੇ ਦਿਲਾਂ 'ਚ ਤੁਸੀਂ ਮਹਿਸੂਸ ਕਰੋਗੇ ਕਿਉਂਕਿ ਅੱਜ ਜਿਹੜੇ ਬੜੇ ਕ੍ਰਾਂਤੀਕਾਰੀ ਫੈਸਲੇ ਇਸ ਬਜਟ 'ਚ ਵੀ ਲਿੱਤੇ ਜਾ ਚੁੱਕੇ ਆ ਔਰ ਫਾਈਨੈਂਸ਼ੀਅਲ ਹੈਲਥ ਸੁਧਰਨ ਤੋਂ ਬਾਅਦ ਜੋ ਸਕੋਪ ਬਣਿਆ ਪੰਜਾਬ ਦੀ ਤਰੱਕੀ ਦਾ ਉਹ ਉਹ ਜਦੋਂ ਇੰਪਲੀਮੈਂਟ ਹੋਣਾ ਹੈ ਉਹ ਜਦੋਂ ਜ਼ਮੀਨ 'ਤੇ ਹੁੰਦਾ ਨਜ਼ਰ ਆਣਾ ਹੈ ਤਾਂ ਲੋਕਾਂ ਦੀ ਆਪ ਆਵਾਜ਼ ਬਣਦੀ ਜਾ ਰਹੀ ਹੈ ਜਿਹੜੀ ਜਿਹੜੀ 2022 ਚ ਦੁਬਾਰਾ ਇਸ ਸਰਕਾਰ ਨੂੰ ਵਾਪਸ ਲਿਆਉਣ ਦੇ ਵਿੱਚ ਮਦਦਗਾਰ ਸਾਬਤ ਹੋਏਗੀ ਦਿੱਲੀ ਚੋਣਾਂ ਨੇ ਲੋਕਮਨਾਂ ਦੇ ਵਿੱਚ ਇਹ ਚੀਜ਼ ਬਿਲਕੁਲ ਪੱਕੇ ਤੌਰ ਤੇ ਬਿਠਾ ਦਿੱਤੀ ਹੈ ਜੇ ਸਰਕਾਰ ਕੰਮ ਕਰੇਗੀ ਤਾਂ ਸਰਕਾਰ ਦੁਹਰਾਈ ਵੀ ਜਾਏਗੀ ਸਰਕਾਰ ਮੁਰ ਤੋਂ ਵੀ ਆਏਗੀ ਤੇ ਉਹੀ ਮਾਡਲ ਲੈ ਕੇ ਜਿਹੜੀ ਆਮ ਆਦਮੀ ਪਾਰਟੀ ਹੈ ਉਹਦੀ ਜਿਹੜੀ ਪੰਜਾਬ ਯੂਨਿਟ ਹੈ ਉਹ ਦਿੱਲੀ ਵਾਲਾ ਮਾਡਲ ਪੰਜਾਬ ਚ ਲਿਆਉਣ ਦੀ ਗੱਲ ਕਰ ਰਹੀ ਹੈ ਤੇ ਉਹਦੇ ਸਿਰ ਤੇ ਵੋਟਾਂ ਮੰਗ ਰਹੀ ਹੈ ਤੁਹਾਡੇ ਮੰਤਰੀ ਸਾਹਿਬ ਜਿਹੜੇ ਨਵਜੋਤ ਸਿੰਘ ਸਿੱਧੂ ਹੈ ਪਿਛਲੇ ਦਿਨਾਂ ਤੋਂ ਚੁੱਪੀ ਧਾਰੀ ਬੈਠੇ ਹੈ ਇਹ ਵੀ ਸੰਸਦ ਸਪਟਾਇਆ ਜਾ ਰਿਹਾ ਕਿ ਸਰਕਾਰ ਤੋਂ ਖਫਾ ਨੇ ਤੇ ਉਹਨਾਂ ਨੂੰ ਸੱਦੇ ਵੀ ਦਿੱਤੇ ਜਾ ਰਹੇ ਹੈ ਕਿੰਨੀ ਕਬੱਡੀ ਚੁਣੌਤੀ ਹੋ ਸਕਦੀ ਹੈ 2022 ਲਈ ਜ਼ਿੰਦਗੀ ਚੁਣੌਤੀਆਂ ਨਾਲ ਹੈ ਚਣੌਤੀਆਂ ਤੋਂ ਕਦੀ ਭੱਜਣਾ ਨਹੀਂ ਚਾਹੀਦਾ ਇਹ ਚਣੌਤੀਆਂ ਹੀ ਐ ਜਿਹੜੀਆਂ ਤੁਹਾਨੂੰ ਉੱਤੇ ਚੱਕਦੀਆਂ ਨੇ ਤੁਸੀਂ ਇਹ ਚਣੌਤੀਆਂ ਨੂੰ ਪਾਰ ਕਰੋ ਇਹਨਾਂ ਨੂੰ ਸਿੱਧੇ ਔਰ ਖੁੱਲੇ ਦਿਲ ਨਾਲ ਐਕਸੈਪਟ ਕਰੋ ਔਰ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ ਤਾਂ ਲੋਕ ਵੀ ਤੁਹਾਡੀਆਂ ਕੋਸ਼ਿਸ਼ਾਂ ਨੂੰ ਤੇ ਕੋਸ਼ਿਸ਼ਾਂ ਦਾ ਜਿਹੜਾ ਰਿਜ਼ਲਟ ਆਂਦਾ ਹੈ ਉਹਨੂੰ ਮੰਨਦੇ ਐ ਤੇ ਜੋ ਤੁਸੀਂ ਠੀਕ ਐ ਜਿਹੜਾ ਕੰਮ ਕਰੇਗਾ ਤੇ ਉਹ ਦੁਬਾਰਾ ਪਾਵਰ 'ਚ ਵੀ ਆਏਗਾ ਦਿੱਲੀ ਮਾਡਲ ਤੋਂ ਵਧੀਆ ਮਾਡਲ ਪੰਜਾਬ ਸਰਕਾਰ ਦਾ ਸਾਹਮਣੇ ਆਏਗਾ ਕਿਸੇ ਵੀ ਚਾਹੇ ਕੋਈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੋਵੇ ਜਾਂ ਕੋਈ ਐਜੂਕੇਸ਼ਨ ਸਿਸਟਮ ਹੋਵੇ ਜਾਂ ਹੈਲਥ ਸਿਸਟਮ ਹੋਵੇ ਜਾਂ ਜਿਹੜੀ ਚੀਜ਼ ਉੱਥੇ ਨਹੀਂ ਹੈ ਐਗਰੀਕਲਚਰ ਜਾਂ ਫੂਡ ਵਾਲਾ ਇਹ ਇਹ ਸਾਡਾ ਮਹਿਕਮਾ ਹੋਵੇ ਜਾਂ ਸੋਸ਼ਲ ਵੈਲਫੇਅਰ ਦੀਆਂ ਸਕੀਮਾਂ ਦੀ ਇੰਪਲੀਮੈਂਟੇਸ਼ਨ ਹੋਵੇ ਪੰਜਾਬ ਦਿੱਲੀ ਤੋਂ ਵੱਧ ਕੇ ਸਾਹਮਣੇ ਆਏਗਾ ਤੁਸੀਂ ਆਉਣ ਵਾਲੇ ਟਾਈਮ 'ਚ ਦੇਖੋਗੇ ਕਿਉਂਕਿ ਜਿਹੜਾ ਸੋਸ਼ਲ ਵੈਲਫੇਅਰ ਦੀਆਂ ਜਿਹੜੀਆਂ ਪੈਨਸ਼ਨਸ ਵਗੈਰਾ ਸੀਗੀਆਂ ਉਹ ਜਿਸ ਤਰੀਕੇ ਨਾਲ ਦਿੱਤੀਆਂ ਜਾ ਰਹੀਆਂ ਜਦੋਂ ਕਾਲੀ ਦਲ ਦੀ ਸਰਕਾਰ 250 ਰੁਪਏ ਦਿੰਦੀ ਸੀ ਤੇ ਉਹ ਵੀ ਕਿਤੇ ਦਿੰਦੀ ਸੀ ਕਿਤੇ ਨਹੀਂ ਜਾਂਦੇ ਜਾਂਦੇ 500 ਕਰਕੇ ਗਏ ਸੀ ਕਿ ਪਰ ਦੇ ਕੇ ਨਹੀਂ ਗਏ ਪੰਜਾਬ ਸਰਕਾਰ ਨੇ 750 ਉਹ ਵੀ ਲਗਾਤਾਰ ਬਗੈਰ ਕਿਸੇ ਰੋਕਤੋਂ ਕਿਹਾ ਨਹੀਂ ਜਾਂਦਾ ਵੀ 6 ਮਹੀਨੇ ਪੈਨਸ਼ਨ ਨਹੀਂ ਆਈ ਹੁਣ ਹਮੇਸ਼ਾ ਹਰ ਮਹੀਨੇ ਪੈਨਸ਼ਨ ਉਹਨਾਂ ਤੱਕ ਪਹੁੰਚ ਰਹੀ ਆਉਣ ਵਾਲੇ ਟਾਈਮ 'ਚ ਵਧਣ ਦੀ ਵੀ ਉਮੀਦ ਹੈ ਜੋ ਜੋ ਵਾਅਦਾ ਕੀਤਾ ਗਿਆ ਸੀਗਾ ਹਾਂ ਸਰਕਾਰ ਦੇ ਬਣਨ ਤੋਂ ਪਹਿਲਾਂ ਉਹ ਵੀ ਇੰਪਲੀਮੈਂਟ ਹੋਵੇਗੀ ਜਿਹੜੀ ਆਹ ਟੈਲੀਫੋਨ ਬੱਚਿਆਂ ਨੂੰ ਦੇਣ ਵਾਲਾ ਵਾਅਦਾ ਸੀ ਉਹ ਵੀ ਇੰਪਲੀਮੈਂਟ ਹੋਣ ਜਾ ਰਿਹਾ ਹੈ ਜਿਹੜਾ ਸਭ ਤੋਂ ਵੱਡਾ ਜਿਹਨੂੰ ਸਾਰੇ ਹਿੰਦੁਸਤਾਨ ਨੇ ਮੰਨਿਆ ਤੇ तकरीबन ਇਸੇ ਹੀ ਮਾਡਲ ਨੂੰ ਫਾਲੋ ਕਰ ਰਿਹਾ ਡੈਟ ਵੇ ਵੇਵਰ ਦਾ ਜੋ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਇੰਨੇ ਸਕਸੈਸਫੁਲੀ ਫਾਈਨਾਂਸ ਦੀ ਮਦਦ ਦੇ ਨਾਲ ਇੰਪਲੀਮੈਂਟ ਕੀਤਾ ਆ ਇਨ੍ਹਾਂ ਵਿੱਤੀ ਵਸੀਲਿਆਂ ਦੇ ਵਿੱਚੋਂ ਇੱਡਾ ਸਰਮਾਇਆ ਕੱਢ ਕੇ ਕਿਸਾਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਵਿਚਾਰੇ ਅੱਜ ਕਰਜ਼ਾਂ ਦੇ ਵਜ਼ਨ ਦੇ ਥੱਲੇ ਦਬੇ ਹੋਏ ਸੀਗੇ ਬਹੁਤ ਵੱਡਾ ਉਪਰਾਲਾ ਔਰ ਜਿਹੜੀ ਸਰਕਾਰ ਬਣਦੀ ਹੈ ਉਹ ਪੰਜਾਬ ਮਾਡਲ ਤੇ ਹੀ ਅੱਗੇ ਲੈ ਕੇ ਜਿਕਰ ਆਮ ਆਦਮੀ ਪਾਰਟੀ ਦਾ ਸੱਦਾ ਨਵਜੋਤ ਸਿੰਘ ਸਿੱਧੂ ਹੁਰੀ ਕਬੂਲ ਲੈਂਦੇ ਆ 2022 ਚ ਪੰਜਾਬ ਕਾਂਗਰਸ ਲਈ ਮੁਸ਼ਕਿਲਾਂ ਵਧ ਸਕਦੀਆਂ ਨੇ ਮੈਂ ਬੜੇ ਸੀਨੀਅਰ ਲੀਡਰ ਨੇ ਸਿੱਧੂ ਸਾਹਿਬ ਬਾਰ-ਬਾਰ ਹਲੇ ਪਿਛਲੀ ਦਿਨੀ ਮੈਂ ਅਖਬਾਰਾਂ 'ਚ ਪੜਿਆ ਉਹ ਉੱਥੇ ਸਾਡੀ ਸੀਨੀਅਰ ਲੀਡਰਸ਼ਿਪ ਸੋਨੀਆ ਜੀ ਨਾਲ ਹੋਰ ਪ੍ਰੇਨਕਾ ਜੀ ਦੇ ਨਾਲ ਉਹਨਾਂ ਦਾ ਬਿਆਨ ਵੀ ਆਇਆ ਵੀ ਮੈਂ ਕਾਂਗਰਸ 'ਚ ਹਾਂ ਕਾਂਗਰਸ 'ਚ ਰਹਾਂਗਾ ਤਾਂ ਕੋਈ ਐਸਾ ਸਵਾਲ ਨਹੀਂ ਖੜਾ ਹੁੰਦਾ ਜੇ ਕੋਈ ਉਹਨਾਂ ਦੀ ਨਾਰਾਜ਼ਗੀ ਹੈ ਕਿਸੇ ਲੈਵਲ ਤੇ ਹੈ ਤਾਂ ਸੀਨੀਅਰ ਲੀਡਰਸ਼ਿਪ ਦੇਖ ਰਹੀ ਹੈ ਆ ਸ਼੍ਰੋਮਣੀ ਅਕਾਲੀ ਦਲ ਇੱਕ ਥਾਪੜ ਕੇ ਕਹਿ ਰਿਹਾ ਹੈ ਕਿ ਜਿਸ ਸਰਕਾਰ ਨੇ ਸਾਨੂੰ ਲੋਕ ਕਚਹਿਰੀ ਦੇ ਵਿੱਚ ਮਲਜ਼ਮ ਬਣਾ ਕੇ ਪੇਸ਼ ਕੀਤਾ ਸਾਨੂੰ ਦੋਸ਼ੀ ਸਾਬਤ ਕਰਕੇ ਦਿਖਾਉ। ਦੋਸ਼ੀ ਸਾਬਤ ਹੋਣਗੇ ਸਾਹਿਬ ਅੱਜ ਉਹ ਮੋਦੀ ਦੀ ਮਦਦ ਦੇ ਨਾਲ ਕਿਤੇ ਬਚਦੇ ਜਾ ਰਹੇ ਹੈ ਕੋਈ ਸੀਬੀਆਈ ਦਾ ਸਹਾਰਾ ਲੈ ਕੇ ਜਾਂ ਕੁਝ ਹੋਰ ਲੈ ਕੇ ਜਿਸ ਤਰੀਕੇ ਅਦਾਲਤਾਂ ਨੇ ਅਲਾਉ ਕੀਤਾ ਪੰਜਾਬ ਦੀ ਪੁਲਿਸ ਉਹਨਾਂ ਨੂੰ ਕਟਗੜੇ 'ਚ ਜ਼ਰੂਰ ਖੜਾ ਕਰਕੇ ਰੱਖੇਗੀ ਅਗਰ ਉਹ ਕਸੂਰਵਾਰ ਹੋਣਗੇ ਤਾਂ ਪੰਜਾਬ ਕਾਂਗਰਸ ਉਹਨਾਂ ਮੌਕੇ ਤੇ ਬੜੀ ਖੁਸ਼ ਹੁੰਦੀ ਹੋਊਗੀ ਜਦੋਂ ਅਕਾਲੀ ਭਾਜਪਾ ਦੇ ਰਿਸ਼ਤਿਆਂ ਦੇ ਵਿੱਚ ਤਰੇੜਾਂ ਆਉਂਦੀਆਂ ਹੋਣਗੀਆਂ ਇਹ ਤਾਂ ਮੈਂ ਜਿਹੜੀ ਪਬਲਿਕ ਪਰਸੈਪਸ਼ਨ ਬਣੀ ਹੋਈ ਹੈ ਉਹਨੂੰ ਅਸਲੀਅਤ ਕੀ ਹੈ ਉਹ ਦੱਸਣ ਬਾਰੇ ਗੱਲ ਕਰ ਰਿਹਾ ਕਿਉਂਕਿ ਇਹਦੇ 'ਚ ਕੋਈ ਛੁਪਾ ਨਹੀਂ ਹੈ ਇਹ ਅਸਲੀਅਤ ਹੈ ਜੇ ਅੱਜ ਉਹ ਬਚ ਰਹੇ ਹੈ ਤਾਂ ਉਹ ਸੈਂਟਰ ਗਵਰਨਮੈਂਟ ਦੀ ਪ੍ਰੋਟੈਕਸ਼ਨ ਕਰਕੇ ਬਚ ਰਹੇ ਹੈ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਜੋ ਕਿ ਹੈ ਉਹ ਕਰਕੇ ਦਿਖਾਣਾ ਹੈ ਠੀਕ ਹੈ ਅਖੀਰ ਦੇ ਵਿੱਚ ਮੈਂ ਇੱਕ ਗੱਲ ਫੇਰ ਤੋਂ ਤੁਹਾਡੇ ਵਿਭਾਗ ਦੇ ਪੁੱਛਤਾ ਹੋਇਆ ਇਸ ਨੂੰ ਮੁਕੰਮਲ ਕਰਾਂਗਾ ਚਰਚਾ ਨੂੰ ਵਿਭਾਗ ਦੇ ਵਿੱਚ ਬਹੁਤ ਸਾਰੀਆਂ ਅਸਾਮੀਆਂ ਖਾਲੀ ਪਈਆਂ ਨੇ ਕਦੋਂ ਭਰੀਆਂ ਜਾਣ ਹੁਣ ਰਾਹ ਬਣ ਗਿਆ ਆਹ 58 ਵਾਲਾ ਫੈਸਲਾ ਹੋਇਆ ਸਾਡੇ ਜਿਹੜੇ ਪੁਰਾਣੇ ਸੀਨੀਅਰ ਸਾਥੀ ਜਾ ਰਹੇ ਐ ਤੇ ਉਸ ਤੋਂ ਬਾਅਦ ਜਿਹੜੀਆਂ ਵੈਕੈਂਸੀਆਂ ਆਲਰੇਡੀ ਸਾਰੇ ਮਹਿਕਮਿਆਂ ਨੇ ਸਣੇ ਮੇਰੇ ਮਹਿਕਮੇ ਨੇ ਅਸੀਂ ਉਹਦੇ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਆਉਣ ਵਾਲਾ ਸਾਲ ਦੂਰ ਸਾਲ ਜਿਹੜੇ ਸਾਡੇ ਬੱਚੇ ਪੜ੍ਹ ਕੇ ਅੱਜ ਬੈਠੇ ਐ ਨੌਕਰੀ ਦੀ ਆਸ 'ਚ ਉਹਨਾਂ ਵਾਸਤੇ ਇੱਕ ਆਪਰਚੂਨਿਟੀ ਹੋਏਗਾ ਜਿੰਨਾਂ ਜਿਨਾਂ ਨੇ ਜਿੱਦਾਂ ਦੀ ਪੜ੍ਹਾਈ ਕੀਤੀ ਹੋਈ ਐ ਔਰ ਜਿੱਦਾਂ ਦੀਆਂ ਨੌਕਰੀਆਂ ਮੇਰੇ ਵਿਭਾਗ ਵਿੱਚ ਉਹ ਵੀ ਫੂਡ ਇਨਸਪੈਕਟਰ ਦੀ ਐ ਐਫਐਸਓ ਡੀ ਐਫਐਸਓ ਜਿਹੜੀਆਂ ਥੱਲੇ ਅਸਾਮੀਆਂ ਖਾਲੀ ਹੋਣੀਆਂ ਐ ਸਾਰੀਆਂ ਥੱਲੇ ਕਲਰਕਸ ਨੇ ਆਡੀਟਰ ਨੇ ਉਹਵੇਂ ਇਲੈਗਲ ਮੈਟਲੋਜੀ ਦੇ ਸਾਡੇ ਇਨਸਪੈਕਟਰਸ ਨੇ ਜਿਹੜੇ ਮਾਪ ਤੋਲ ਪਾਗਦੇ ਨੇ ਉਹ ਸਾਰੀਆਂ ਦੀਆਂ ਭਰਤੀਆਂ ਅਸੀਂ ਚਾਲੂ ਕਰਾਂਗੇ ਇਨਸ਼ਾਅੱਲਾ ਅਜੀਆਂ ਤੰਦਰੁਸਤੀਆਂ ਮੰਦਰੁਸਤੀਆਂ ਤੁਹਾਡੀਆਂ ਬਣੀਆ ਰਹਿਣ ਜਿਹੜੀ ਪੰਜਾਬ ਦੀ ਭਲਾਈ ਦੇ ਲਈ ਤੁਹਾਡੀ ਸੋਚ ਆ ਉਹ ਬਰਕਰਾਰ ਰਹੇ ਤੇ ਜਿਸ ਤਰੀਕੇ ਨਾਲ ਤੁਸੀਂ ਪ੍ਰੋਜੈਕਟਸ ਦੱਸਿਆ ਪਾਈਪਲਾਈਨ ਦੇ ਮੈਂ ਚਾਹੁੰਦਾ ਕਿ ਉਹ ਵੀ ਪੂਰੇ ਹੋ ਜਾਣ ਤਾਂ ਜੋ ਕਿ ਪੰਜਾਬ ਜੋ ਇੱਕ ਲੰਮੀ ਪੀੜਾ ਦੇ ਵਿੱਚੋਂ ਗੁਜ਼ਰ ਰਿਹਾ ਹੈ ਉਸ ਨੂੰ ਕੋਈ ਸੁੱਖ ਦਾ ਸਾਹ ਮਿਲੇ ਤੁਸੀਂ ਗੱਲਬਾਤ ਕੀਤੀ ਬਹੁਤ ਧੰਨਵਾਦ ਸੋ ਇਸੇ ਪੰਜਾਬ ਸਰਕਾਰ ਤੋਂ ਵਜ਼ੀਰ ਭਾਰਤ ਪੋਸ਼ਣ ਆਸ਼ੂ ਜਿਨ੍ਹਾਂ ਨਾਲ ਉਹਨਾਂ ਦੇ ਵਿਭਾਗ ਮੁਤਲਕ ਤੇ ਸਰਕਾਰ ਦੀ ਕਾਰਗੁਜ਼ਾਰੀ ਤੇ 3 ਸਾਲ ਦੇ ਵਿੱਚ ਸਰਕਾਰ ਨੇ ਕੀ ਕੁਝ ਕੀਤਾ ਤੇ ਆਉਂਦੇ 2 ਸਾਲਾਂ ਦੇ ਵਿੱਚ ਸਰਕਾਰ ਨੇ ਹੋਰ ਕੀ ਕੁਝ ਕਰਨਾ ਉਸ ਬਾਬਤ ਜਿਹੜੀ ਗੱਲਬਾਤ ਆ ਉਹ ਕੀਤੀ ਹੈ ਜੋ ਕਿ ਤੁਸੀਂ ਸਭ ਨੇ ਦੇਖੀ ਤੇ ਸੁਣੀ ਤੇ ਤੁਸੀਂ ਕਿੰਨੇ ਨੰਬਰ ਦੇਣੇ ਆ ਇਹ ਤੁਹਾਡੇ ਉੱਤੇ ਆ ਤੇ ਲੋਕਾਂ ਦੇ ਲੋਕਤੰਤਰ ਦੇ ਵਿੱਚ ਸਭ ਤੋਂ ਵੱਡੇ ਨੰਬਰ ਲੋਕਾਂ ਦੇ ਹੁੰਦੇ ਆ ਫੇਰ ਅਗਲੀ ਕੜੀ ਜੋੜਦੇ ਹੋਏ ਕਿਸੇ ਹੋਰ ਮੰਤਰੀ ਨਾਲ ਹੋਰ ਵਜ਼ੀਰ ਨਾਲ ਵਿਧਾਇਕ ਨਾਲ ਗੱਲਬਾਤ ਕਰਾਂਗੇ ਉਦੋਂ ਤੱਕ ਲਈ ਜਾ ਸਕਦੇ ਹੋ ਸਤਿ ਸ੍ਰੀ ਅਕਾਲ